ਮੇਰਾ ਭਰਾ ਸੀ, 7 ਸਾਲ ਹੋ ਗਏ ਸੀ ਜੀ ਪਹਿਲਾਂ। 2 ਸਾਲ ਵਿਆਹ ਕਰਾ ਕੇ ਗਏ ਨੂੰ ਹੋ ਗਈ, ਬਸ ਫੈਰ ਮਾਰਤਾ ਜੀ ਨਾਲ ਬਰਾਬਰ ਆ ਕੇ, ਦਵਾਈ ਲੈਣ ਚੱਲੇ ਗਏ ਹਸਪਤਾਲ ਦੋਨੇ ਜੀ। ਉਹਦੇ ਘਰ ਵਾਲੇ ਦਵਾਈ ਲਾਉਣ ਚੱਲਿਆ ਸੀ, ਮਗਰੋਂ ਮੋਟਰਸਾਈਕਲ ਵਾਲੇ ਗਏ ਆ ਸਾਈਡ 'ਤੇ ਲਾ ਕੇ, ਹੌਲੀ ਹੌਲੀ ਤੁਰੇ ਜਾਂਦੇ ਦੋਨੇ ਜੀ ਗੱਲਾਂ ਕਰਦੇ, ਸਾਈਡ 'ਤੇ ਬਰਾਬਰ ਦੇ ਜਮ੍ਹਾਂ ਲਾ ਕੇ ਅਤੇ ਇੱਥੇ ਬਾਹਰ ਭੜਕੀ। ਉਸ ਤੋਂ ਬਾਅਦ ਆ ਕੇ ਇੱਥੇ ਉਹਨੇ ਬਾਹਰ ਆ ਕੇ ਵਿਆਹ ਕਰਾਇਆ। ਉਹ ਆਪਦੀ ਘਰਵਾਲੀ ਨੂੰ ਉਹਨਾਂ ਦੀ ਵੀ ਦਵਾਈ ਦਵਾਉਣ ਗਿਆ ਸੀ, ਜਾਂਦਾ ਸੀ, ਮਗਰੋਂ ਮੋਟਰਸਾਈਕਲ ਵਾਲੇ ਆ ਕੇ ਬਰਾਬਰ ਜਾ ਕੇ ਅਤੇ ਉਹਦੇ ਪੈਰ ਮਾਰਿਆ। ਅਤੇ ਸਾਰੇ ਪਿੰਡ 'ਚ ਇੰਨੀ ਕੁ ਸੋਗ ਦੀ ਲਹਿਰ ਦੌੜ ਗਈ ਅਤੇ ਕਿਸੇ ਨੇ ਨਾ ਖਾਧੀਆਂ ਨਾ ਪਕਾਈਆਂ ਨਾ ਖਾਧੀਆਂ, ਇੰਨਾ ਕਿ ਪਹਿਲੀ ਵਾਰ ਆ ਸਾਡੇ ਦੋਵਾਂ ਪਿੰਡਾਂ ਦੇ ਵਿੱਚ ਐਡੀ ਦੁੱਖਦਾਈ ਘਟਨਾ ਵਾਪਰੀ ਹੈ। ਜਸਪਾਲ ਸਿੰਘ ਜੀ, ਅੱਛਾ ਜੀ, ਇੱਕ ਉੱਧਰ ਹੱਤਿਆ ਹੋਈ ਹੈ, ਕਿਸ ਤਰ੍ਹਾਂ ਹੋਈ ਹੈ ਅਤੇ ਕੀ ਕਹੋਗੇ ਜੀ ਤੁਸੀਂ? ਮੇਰਾ ਭਰਾ ਸੀ, 7 ਸਾਲ ਹੋ ਗਏ ਸੀ ਜੀ ਪਹਿਲਾਂ, 2 ਸਾਲ ਵਿਆਹ ਕਰਾ ਕੇ ਗਏ ਨੂੰ ਹੋ ਗਈ, ਬਸ ਫੈਰ ਮਾਰਤਾ ਜੀ ਨਾਲ ਬਰਾਬਰ ਆ ਕੇ, ਦਵਾਈ ਲੈਣ ਚੱਲੇ ਗਏ ਹਸਪਤਾਲ ਦੋਨੇ ਜੀ। ਅੱਛਾ, ਕੀ ਕੰਮ ਕੀ ਕਰ ਰਿਹਾ ਸੀਗਾ ਜੀ ਉੱਥੇ? ਪੈਸੇ ਤਾਂ ਅਸੀਂ ਦੇਣ ਲੈਣ ਦਾ ਪੈਣ ਸੀ। ਅੱਛਾ, ਕਿੰਨਾ ਚਿਰ ਹੋ ਗਿਆ ਸੀਗਾ ਉੱਥੇ ਗਏ ਨੂੰ? 7 ਸਾਲ ਪਹਿਲਾਂ ਹੋ ਗਏ। ਅਤੇ ਹੋਰ ਕੌਣ ਕੌਣ ਆ ਜੀ ਉੱਧਰ ਉਹਨਾਂ ਦੇ? ਹੋਰ ਭੈਣ ਆ ਜੀ, ਪ੍ਰਾਹੁਣਾ ਆਪਣਾ, ਹੋਰ ਆ ਭੂਆ ਦੇ ਮੁੰਡੇ ਆ, ਕਾਫੀ ਰਿਸ਼ਤੇਦਾਰ ਆ। ਇਹੋ ਜਿਹੀਆਂ ਕਾਫੀ ਘਟਨਾਵਾਂ ਹੋ ਰਹੀਆਂ ਨੇ, ਕੀ ਕਹੋਗੇ ਜੀ ਵੀ ਸਰਕਾਰ ਨੂੰ ਕਿਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ? ਉਹਦਾ ਇੰਤਜ਼ਾਮ ਕਰਨ ਜੀ, ਪਤਾ ਲੱਗੇ ਵੀ ਕਿਹੜਾ ਇਹ ਕੀ ਕੰਮ ਕਰ ਰਿਹਾ ਹੈ, ਗਲਤ ਕੰਮ। ਅੱਛਾ, ਤਿੱਗਾਂ ਜਿਵੇਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹਦੇ ਵਾਸਤੇ ਜੀ, ਉਹ ਜ਼ਰੂਰੀ ਸਾਡੀ ਮਦਦ ਕਰਨ, ਉਹ ਮੰਗਵਾਉਣੀ। ਅੱਛਾ, ਵੀ ਇੱਧਰ ਮੰਗਵਾਉਣਾ ਚਾਹੁੰਦੇ ਜੀ? ਹਾਂਜੀ। ਅਸੀਂ ਇੰਨਾ ਕੁ ਦੁੱਖ ਅਸੀਂ ਬਿਆਨ ਨਹੀਂ ਕਰ ਸਕਦੇ। ਕੱਲ੍ਹ ਜਦੋਂ 6 ਵਜੇ ਸਾਡੇ ਪਿੰਡ 'ਚ ਇਹ ਘਟਨਾ ਵਾਪਰੀ ਅਤੇ ਸਾਰੇ ਪਿੰਡ 'ਚ ਇੰਨੀ ਕੁ ਸੋਗ ਦੀ ਲਹਿਰ ਦੌੜ ਗਈ ਅਤੇ ਕਿਸੇ ਨੇ ਨਾ ਖਾਧੀਆਂ ਨਾ ਪਕਾਈਆਂ ਨਾ ਖਾਧੀਆਂ, ਇੰਨਾ ਕਿ ਪਹਿਲੀ ਵਾਰ ਆ ਸਾਡੇ ਦੋਵਾਂ ਪਿੰਡਾਂ ਦੇ ਵਿੱਚ ਐਡੀ ਦੁੱਖਦਾਈ ਘਟਨਾ ਵਾਪਰੀ ਹੈ। ਅਸੀਂ ਬਹੁਤ ਜ਼ਿਆਦਾ ਦੁਖੀ ਫੀਲ ਕਰਦੇ ਹਾਂ। ਕਿੱਥੇ ਗਿਆ ਸੀ ਅਤੇ ਕਦੋਂ ਦਾ ਗਿਆ ਸੀ, ਕਿੰਨਾ ਸਮਾਂ ਹੋ ਗਿਆ? ਇਹਨੂੰ 9 ਸਾਲ ਹੋ ਗਏ ਸੀ ਇਸ ਤੋਂ ਪਹਿਲਾਂ ਗਏ ਨੂੰ ਮੰਡੀਲਾ ਦੇ ਵਿੱਚ, ਅਤੇ 2 ਸਾਲ ਹੋ ਗਏ ਆ, 2.25 ਸਾਲ ਇਹ ਵਿਆਹ ਕਰਾ ਕੇ ਗਿਆ ਸੀਗਾ, ਉਦੋਂ 3-4 ਮਹੀਨੇ ਇੱਥੇ ਰਿਹਾ ਸੀ। ਬਹੁਤ ਹੀ ਸ਼ਰੀਫ ਮੁੰਡਾ। ਅਤੇ ਕੀ ਕੰਮ ਕੀ ਕਰਦਾ ਸੀ ਉਦੋਂ? ਉੱਥੇ ਫੈਂਸ ਦਾ ਕੰਮ ਕਰਦਾ ਸੀ। ਅਤੇ ਅੱਗੇ ਤੁਹਾਡੀ ਕੀ ਅਪੀਲ ਕੀ ਹੈ ਸਰਕਾਰ ਨੂੰ ਵੀ? ਅਸੀਂ ਤਾਂ ਪੁਰਜ਼ੋਰ ਅਪੀਲ ਕਰਦੇ ਹਾਂ ਸਟੇਟ ਸਰਕਾਰ ਨੂੰ ਵੀ ਅਤੇ ਸੈਂਟਰ ਸਰਕਾਰ ਨੂੰ ਵੀ, ਜੇ ਇਹੋ ਜਿਹੀਆਂ ਦੁਰਘਟਨਾ ਬੰਦ ਹੋਣੀਆਂ ਚਾਹੀਦੀਆਂ, ਇਹਦੇ 'ਤੇ ਸਰਕਾਰ ਨੂੰ ਸਖਤ ਕਦਮ ਚੱਕਣੇ ਚਾਹੀਦੇ, ਕਿਉਂਕਿ ਬੇਰੁਜ਼ਗਾਰੀ ਕਰਕੇ ਨੌਜਵਾਨ ਉੱਧਰ ਜਾਂਦੇ ਆ। ਇਹਨਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਅਤੇ ਬੰਦ ਹੋਣੀਆਂ ਚਾਹੀਦੀਆਂ ਵਾਸਤੇ। ਹੁਣ ਕਿਸ ਤਰ੍ਹਾਂ ਦੀ ਮਦਦ ਦੇ? ਅਸੀਂ ਪਹਿਲੀ ਗੱਲ ਤਾਂ ਇਹ ਚਾਹੁੰਦੇ ਹਾਂ ਵੀ ਇਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਇੱਥੇ ਆਉਣੀ ਹੈ, ਉਹਦੇ ਸਰਕਾਰ ਤੋਂ ਸਹਿਯੋਗ ਮੰਗਦੇ ਹਾਂ ਵੀ ਜਿੰਨਾ ਵੀ ਹੋ ਸਕਦਾ ਸਹਿਯੋਗ ਕਰਨ। ਬਾਕੀ ਬੇਰੁਜ਼ਗਾਰੀ ਲਈ ਗਏ ਸੀ, ਨੌਜਵਾਨ ਸੀਗਾ, ਬਜ਼ੁਰਗ ਉਹਨਾਂ ਦਾ ਪਿਤਾ, ਉਹ ਚਲੇ ਗਏ ਆ, ਇਹਨਾਂ ਦੀ ਜਿੰਨੀ ਵੀ ਹੋ ਸਕੇ ਮਦਦ ਕਰਨੀ ਚਾਹੀਦੀ। ਬਾਈ ਕੀ ਨਾਂ ਕੀ ਹੈ ਜੀ ਤੁਹਾਡਾ? ਮੇਰਾ ਨਾਂ ਕਰਤਾਰ ਸਿੰਘ। ਤੁਸੀਂ ਆਪਣੇ ਤੁਹਾਡੇ ਇੱਥੋਂ ਦੇ ਨੌਜਵਾਨ ਦੀ ਮੌਤ ਹੋਈ, ਕਿਸ ਤਰ੍ਹਾਂ ਹੋਈ ਹੈ, ਕੀ ਕਹੋਗੇ ਜੀ? ਮੌਤ ਹੋਈ ਆ, ਮੌਤ ਦਾ ਤਾਂ ਦੁਖਦਾਈ ਬਹੁਤ ਮਾੜੀ ਗੱਲ ਹੀ, ਯੰਗ ਮੁੰਡਾ ਸੀ ਉਹ, 7 ਸਾਲ ਪਹਿਲਾਂ ਉੱਥੇ ਲਾ ਕੇ ਆਇਆ ਸੀ, ਉਸ ਤੋਂ ਬਾਅਦ ਆ ਕੇ ਇੱਥੇ ਉਹਨੇ ਬਾਹਰ ਆ ਕੇ ਵਿਆਹ ਕਰਾਇਆ। ਹੁਣ ਵੀ 2 ਸਾਲ ਤੋਂ ਉੱਤੇ ਹੋ ਗਏ ਸੀ, ਫਿਰ ਗਏ ਨੂੰ, ਅਤੇ ਉਹ ਆਪਦੀ ਘਰਵਾਲੀ ਨੂੰ ਉਹਨਾਂ ਦੀ ਵੀ ਦਵਾਈ ਦਵਾਉਣ ਗਿਆ ਸੀ, ਜਾਂਦਾ ਸੀ, ਮਗਰੋਂ ਮੋਟਰਸਾਈਕਲ ਵਾਲੇ ਆ ਕੇ ਬਰਾਬਰ ਜਾ ਕੇ ਅਤੇ ਉਹਦੀ ਫਾਇਰ ਮਾਰਿਆ, ਉਹਦੀ ਵੀ ਮੌਤ ਹੋ ਗਈ। ਕੀ ਕੰਮ ਕੀ ਕਰਦਾ ਸੀ? ਫੈਰਿਸ ਦਾ ਹੀ ਕਰਦਾ ਸੀ, ਲੈਣ ਦੇਣ ਦਾ। ਅਤੇ ਬੱਚੇ ਵੀ ਹੁੰਦੇ ਉੱਧਰ ਹੀ ਸੀ ਪਰਿਵਾਰ? ਨਹੀਂ, ਬੱਚਾ ਤਾਂ ਉਹਦੇ ਹਜੇ ਹੋਇਆ ਹੀ ਨਹੀਂ, ਘਰਵਾਲੀ ਸੀ, ਉਹਦੀ ਭੈਣ ਵੀ ਉੱਧਰ ਹੀ ਆ, ਉਹਦੇ ਭਾਣਜ ਵੀ ਉੱਥੇ ਆ, ਹੋਰ ਵੀ ਰਿਸ਼ਤੇਦਾਰ ਕਈ ਉੱਥੇ। ਅੱਗੇ ਕੀ ਮੰਗ ਕੀ ਕਰਦਾ ਸਰਕਾਰ ਤੋਂ, ਕਿਸ ਤਰ੍ਹਾਂ ਦੱਸਿਆ ਜੀ? ਸਰਕਾਰ ਇਹਨਾਂ ਦੀ ਮਦਦ ਕਰੇ ਜੀ, ਮੁੰਡਾ ਨੌਜਵਾਨ ਸੀ, ਇਹ ਤਾਂ ਵਿਚਾਰਾ ਮਲਕੀਤ ਸਿੰਘ ਓਵਰੇਜ ਆ, ਚੱਕੇ ਦੀ ਲੱਤ 'ਤੇ 7 ਵਜੇ ਐਕਸੀਡੈਂਟ ਹੋਇਆ, ਇਹਦਾ ਕੰਮ ਕਰਨ ਜੋਗਾ ਹੀ ਨਹੀਂ, ਪਰਿਵਾਰ ਦਾ ਸਹਾਰਾ ਉਹੀ ਸੀ, ਉਹਦੇ ਕਰਕੇ ਪਰਿਵਾਰ ਚੱਲਦਾ ਸੀ, ਜਿੰਨੀ ਮਦਦ ਹੋ ਜਾਵੇ ਉਨੀ ਥੋੜ੍ਹੀ ਇਹਨਾਂ ਦੀ। ਅਤੇ ਵੀ ਕਾਫੀ ਹੱਤਿਆਵਾਂ ਹੋ ਚੁੱਕੀਆਂ ਨੇ ਮਨੀਲਾ ਦੇ ਵਿੱਚ, ਹਾਂਜੀ ਹਾਂਜੀ ਹਾਂਜੀ, ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ 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 ਹੋਣ, ਸਰਕਾਰ ਨੂੰ ਕੀ ਚਾਹੀਦਾ ਕੀ ਹੈ ਜੀ? ਸਰਕਾਰ ਦਾ ਇੰਤਜ਼ਾਮ ਕਰੇ, ਸਰਕਾਰੀ ਇਹਨਾਂ ਨੂੰ ਰੋਕੇ, ਅਤੇ ਜਿਹੜੇ ਆ ਮਤਲਬ ਹਥਿਆਰੇ ਉਹਨਾਂ ਨੂੰ ਕਾਬੂ ਕਰਕੇ ਉਹਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਵੇ।
ਮੇਰਾ ਨਾਮ ਮਲਕੀਤ ਸਿੰਘ ਹੈ ਜੀ। ਇੱਕ ਉੱਧਰ ਲੜਕੇ ਦੀ ਹੱਤਿਆ ਹੋਈ, ਕਿਸ ਤਰ੍ਹਾਂ ਹੋਈ ਹੈ ਜੀ, ਕੀ ਨਾਮ ਸੀਗਾ ਉਹਦਾ ਜੀ? ਉਹ ਨਾਮ ਨਰਵੀਰ ਆ ਜੀ। ਹਾਂਜੀ, ਅਤੇ ਕਿਸ ਤਰ੍ਹਾਂ ਹੋਈ ਹੈ ਜੀ ਉਹਨਾਂ ਦੀ ਹੱਤਿਆ? ਬਾਅਦ ਜੀ ਉਹਦੇ ਘਰ ਨੇ ਦਵਾਈ ਦਵਾਉਣ ਚੱਲਿਆ ਸੀ, ਰਾਹ 'ਚ ਵਿਹਲਾ ਥਾਂ ਹੈ ਜਿੱਥੇ ਰੰਜ ਸੀ ਵਾਲੇ, ਮਗਰੋਂ ਮੋਟਰਸਾਈਕਲ ਵਾਲੇ ਗਏ ਆ ਸਾਈਡ 'ਤੇ ਲਾ ਕੇ, ਹੌਲੀ ਹੌਲੀ ਤੁਰੇ ਜਾਂਦੇ ਦੋਨੇ ਜੀ ਗੱਲਾਂ ਕਰਦੇ, ਸਾਈਡ 'ਤੇ ਬਰਾਬਰ ਦੇ ਜਮ੍ਹਾਂ ਲਾ ਕੇ ਅਤੇ ਇੱਥੇ ਮਾਰੀ ਭੁੜਪੜੀ ਕੇ। ਕਿੰਨਾ ਚਿਰ ਹੋ ਗਿਆ ਸੀ ਇਹਨੂੰ ਉੱਧਰ ਗਏ? 7 ਸਾਲ ਪਹਿਲਾਂ ਲੱਗ ਗਿਆ ਜੀ। ਜੀ, ਕੀ ਕੰਮ ਕੀ ਕਰਦਾ ਸੀ? ਬਸ ਫੈਂਸ ਦਾ, ਕੱਪੜਾ ਚਾਹੇ ਪੈਸੇ ਦੇਣੇ ਲੈਣੇ, ਪੈਸਿਆਂ ਦਾ ਸੀ ਬੜਾ ਪਿਆਰ ਆ ਜੀ, ਪੈਸੇ ਲੈਣੇ ਜੀ। ਕੋਈ ਪਰਿਵਾਰ 'ਚ ਹੋਰ ਕੌਣ ਕੌਣ ਸੀਗਾ ਜੀ ਉਹਦਾ ਉੱਥੇ? ਹੋਰ ਸਾਡੇ ਉਹਦੇ ਘਰ ਵਾਲੇ ਸੀ, ਉਹਦੀ ਭੈਣ ਸੀ, ਪ੍ਰਾਹੁਣਾ ਸੀ ਜੀ, ਚਾਰ ਸੀ, ਹੋਰ ਵੀ ਸਿੱਖਾਂ ਦੇ ਮੁੰਡੇ ਆ ਜੀ, ਕਾਫੀ ਆ ਰਹੇ ਆ ਜੀ। ਹਾਂ ਜੀ, ਵੀ ਮੇਰੇ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਕਿਸੇ ਤਰ੍ਹਾਂ ਦਾ? ਕੁਛ ਤਰ੍ਹਾਂ ਨਹੀਂ, ਇਹਦਾ ਤਾਂ ਕੋਈ ਲੈਣ ਨਹੀਂ, ਪੈਸੇ ਜ਼ਰੂਰ ਲੈਣੇ ਸੀ ਲੋਕਾਂ ਨੂੰ ਜੀ, ਜਿਹੜੇ ਪੈਸੇ ਲੈਣੇ ਸੀ ਰਾਹੀ ਕਰਦੇ ਉਹ ਲੈਣੇ ਸੀ ਜੀ। ਹੁਣ ਕਿੰਨਾ ਚਿਰ ਹੋ ਗਿਆ ਸੀ ਇੱਥੇ ਆਏ ਨੂੰ ਅਤੇ ਕਦੋਂ ਗਿਆ ਸੀਗਾ ਜੀ? 2 ਸਾਲ 7 ਸਾਲ ਲਾ ਕੇ ਆਣ ਕੇ ਫਿਰ ਵਿਆਹ ਕਰਾ ਕੇ, ਉਸ ਤੋਂ ਬਾਅਦ 'ਚ ਥੋੜ੍ਹਾ ਚਿਰ ਰਿਹਾ, ਫਿਰ 2 ਸਾਲ ਹੁਣ ਫਿਰ ਗਏ, 3ਰਾ ਸਾਲ ਲੱਗਾ, 2 ਸਾਲ ਹੋ ਗਏ ਫਿਰ ਗਏ ਨੂੰ ਜੀ। 6 ਮਹੀਨੇ ਪਿੱਛੋਂ ਦਾ ਪਰਿਵਾਰ ਵੀ ਆ ਉੜਿਆ ਜੀ। ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ, ਗਾਂ ਦਾ ਕੀ ਤੁਹਾਡਾ ਕਿਸ ਤਰ੍ਹਾਂ? ਉਹ ਜੀ ਹੁਣ ਡੈੱਡ ਬਾਡੀ ਡੋਣਗੇ, ਕੀ ਕਹਿ ਸਕਦੇ ਜੀ? ਸਰਕਾਰ ਤੋਂ ਕੀ ਮੰਗ ਕਰਦੇ ਹੋ ਉਹਨਾਂ ਦੀ ਜਿਹੜੀ ਅੰਤਿਮ ਕਿਰਿਆ ਵਾਸਤੇ ਤੁਸੀਂ ਇੱਧਰ ਡੈੱਡ ਬਾਡੀ ਮੰਗਵਾਉਣ ਦੀ ਕੀ ਅਪੀਲ ਕਰਦੇ? ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ ਚ ਬੈਠੇ ਕਿਉਂ ਹੋ ਪਰੇਸ਼ਾਨ? ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ, PR ਪ੍ਰੋਬਲਮ, ਸੌਤਨ ਜਾ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484826।